ਬਾਈ ਉਰੇ ਤੇਲ ਪਾਉਣ ਨੂੰ ਦਿਲ ਨਹੀਂ ਮੰਨਦਾ, ਇਹਦੇ ਦੁਸ਼ਮਣਾਂ ਦਾ ਪੈਟਰੋਲ ਪੰਪ ਆ, ਇਹਨਾਂ ਦੇ ਤੇਲ ਪਾਉਣ ਨਾਲੋਂ ਮੈਂ ਕਿਲੋ ਦੋ ਕਿਲੋਮੀਟਰ ਚਾਰ ਕਿਲੋਮੀਟਰ ਹੋਰ ਤੁਰ ਲੂੰ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਕੌੜਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਿਸਾਨ ਦਿੱਲੀ ਦੇ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਪਿਛਲੇ 9 ਤੋਂ 10 ਮਹੀਨੇ ਤੋਂ। ਉਹਨਾਂ ਦਾ ਸੰਘਰਸ਼ ਉਸੇ ਤਰੀਕੇ ਦੇ ਨਾਲ ਜਾਰੀ ਹੈ, ਜੋਸ਼ ਤੇ ਜਜ਼ਬਾ ਉਸੇ ਤਰੀਕੇ ਦੇ ਨਾਲ ਨਜ਼ਰ ਆਉਂਦਾ ਹੈ, ਪਰ ਜੇ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਟਸ ਤੋਂ ਮਸ ਹੁੰਦੀ ਨਜ਼ਰ ਨਹੀਂ ਆਉਂਦੀ। ਇਹ ਬਿਆਨ ਜ਼ਰੂਰ ਆ ਜਾਂਦੇ ਨੇ ਵੀ ਇਹ ਹੁਣ ਅੰਦੋਲਨ ਨਹੀਂ ਰਿਹਾ, ਇਹ ਗਦਰ ਬਣ ਚੁੱਕਿਆ, ਰਸਤਾ ਕਿਉਂ ਜਾਮ ਕਰੀ ਬੈਠੇ ਨੇ, ਮੀਟਿੰਗਾਂ ਵਾਸਤੇ ਸੱਦਿਆ ਜਾ ਰਿਹਾ ਵੀ ਇੱਕ ਪਾਸੇ ਦਾ ਰਸਤਾ ਜਿਹੜਾ ਹੈ ਉਹ ਖੁਲਵਾ ਲਿਆ ਜਾਵੇ, ਤਾਂ ਸਰਕਾਰ ਵੱਲੋਂ ਦੀ ਜਿਹੜੀਆਂ ਕੋਝੀਆਂ ਚਾਲਾਂ ਨੇ ਅੰਦੋਲਨ ਨੂੰ ਬਦਨਾਮ ਕਰਨ ਦੀਆਂ, ਵੀ ਆਤੰਕਵਾਦੀ ਨੇ, ਸਾਰੀਆਂ ਚੀਜ਼ਾਂ ਜਾਰੀ ਨੇ। ਉੱਧਰ ਕਿਸਾਨ ਕਹਿੰਦੇ ਵੀ ਅਸੀਂ ਜਾਗਦੀਆਂ ਜ਼ਮੀਰਾਂ ਆ ਰਹੇ ਹਾਂ, ਇਸੇ ਕਰਕੇ ਪਹਿਲੇ ਦਿਨ ਤੋਂ ਅਡਾਨੀ ਤੇ ਅੰਬਾਨੀ ਯਾਨੀ ਕਿ ਕਾਰਪੋਰੇਟ ਘਰਾਣਿਆਂ ਦੇ ਹਰ ਇੱਕ ਪ੍ਰੋਡਕਟ ਦਾ ਬਾਈਕਾਟ ਕੀਤਾ ਜਾ ਰਿਹਾ, ਚਾਹੇ ਉਹ ਪੰਪ ਹੋਣ, ਚਾਹੇ ਉਹ ਸਿਮ ਹੋਣ, ਚਾਹੇ ਉਹ ਫਿਰ ਮੌਲ ਕਿਉਂ ਨਾ ਹੋਣ। ਇੱਥੇ ਇੱਕ ਕਿਸਾਨ ਦੀ ਵੀਡੀਓ ਜਿਹੜੀ ਆ ਉਹ ਸਾਹਮਣੇ ਆਉਂਦੀ ਹੈ, ਜਿੱਥੇ ਕਿ ਇਹ ਵੀਡੀਓ ਤੁਹਾਨੂੰ ਦੱਸੀਏ ਬੂਥਗੜ੍ਹ ਮਰਿੰਡੇ ਦੀ ਇਹ ਵੀਡੀਓ ਹੈ, ਜਿੱਥੇ ਕਿ ਪੈਟਰੋਲ ਚੈੱਕ ਨਹੀਂ ਕਰਦੇ ਆਪਣੀ ਬਾਈਕ ਦੇ ਵਿੱਚ ਕਿ ਪੈਟਰੋਲ ਹੈਗਾ ਕਿ ਨਹੀਂ ਹੈਗਾ, ਕਿੰਨਾ ਕੁ ਹੈਗਾ, ਅਤੇ ਰਸਤੇ ਦੇ ਵਿੱਚ ਜਾਂਦੇ ਹੋਏ ਪੈਟਰੋਲ ਬਾਈਕ ਦੇ ਵਿੱਚ ਖਤਮ ਹੋ ਜਾਂਦਾ। ਕਿਸੇ ਤੋਂ ਪੁੱਛਦੇ ਨੇ ਵੀ ਕਿੰਨੇ ਕੁ ਦੂਰੀ ਦੇ ਉੱਤੇ ਪੈਟਰੋਲ ਪੰਪ ਸਾਨੂੰ ਮਿਲੇਗਾ, ਤਾਂ ਉਹ ਕਹਿੰਦੇ ਨੇ ਕਿਲੋ ਡੇਢ ਕਿਲੋਮੀਟਰ ਦੇ ਉੱਤੇ ਪੈਟਰੋਲ ਪੰਪ ਤੁਹਾਨੂੰ ਮਿਲ ਜਾਏਗਾ। ਬਾਈਕ ਲੈਂਦੇ ਨੇ ਅਤੇ ਪੈਦਲ ਹੀ ਉਹਨੂੰ ਰੋੜ ਕੇ ਕਿਲੋ ਡੇਢ ਕਿਲੋਮੀਟਰ ਚੱਲਦੇ ਨੇ ਕਿ ਅਸੀਂ ਉੱਥੋਂ ਅੱਗੇ ਪੈਟਰੋਲ ਪਵਾ ਲਾਂਗੇ, ਪਰ ਉਹ ਕਹਿੰਦੇ ਸਾਡੇ ਨਾਲ ਉੱਥੇ ਧੋਖਾ ਹੋ ਜਾਂਦਾ, ਮਾੜੀ ਹੋ ਜਾਂਦੀ ਹੈ ਸਾਡੇ ਨਾਲ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਲੋ ਡੇਢ ਕਿਲੋਮੀਟਰ ਤੱਕ ਅਸੀਂ ਰੋੜ ਕੇ ਤਾਂ ਲੈ ਗਏ ਬਾਈਕ, ਪਰ ਜਿਹੜਾ ਪੈਟਰੋਲ ਪੰਪ ਆਇਆ ਉਹ ਰਿਲਾਇੰਸ ਦਾ ਪੈਟਰੋਲ ਪੰਪ ਨਿਕਲਿਆ। ਉਹ ਕਹਿੰਦੇ ਸਾਡੀ ਜ਼ਮੀਰ ਨਹੀਂ ਮੰਨੀ ਕਿਉਂਕਿ ਇਹਨਾਂ ਕਰਕੇ ਹੀ ਅਸੀਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਪਿਛਲੇ 9 ਤੋਂ 10 ਮਹੀਨੇ ਤੋਂ ਬੈਠੇ ਹਾਂ, ਜੋ ਸਾਡੀ ਜ਼ਮੀਰ ਨਹੀਂ ਮੰਨਦੀ ਵੀ ਅਸੀਂ ਇੱਥੋਂ ਦੀ ਪੈਟਰੋਲ ਪਵਾਈਏ। ਕਹਿੰਦੇ ਚਾਹੇ ਮੈਨੂੰ ਅੱਗੇ 4 ਤੋਂ 5 ਕਿਲੋਮੀਟਰ ਹੋਰ ਕਿਉਂ ਨਾ ਜਾਣਾ ਪੈ ਜਾਵੇ, ਪਰ ਅਸੀਂ ਪੈਟਰੋਲ ਰਿਲਾਇੰਸ ਵਾਲਿਆਂ ਤੋਂ ਬਿਲਕੁਲ ਨਹੀਂ ਪਵਾਵਾਂਗੇ। ਤੁਸੀਂ ਵੀ ਚੈੱਕ ਕਰੋ ਇਹ ਵੀਡੀਓ ਬਾਈ, ਅੱਜ ਮਾੜੀ ਹੋ ਗਈ ਆਪਣੇ ਨਾਲ। ਕਿਤੇ ਰਸਤੇ ਦੇ ਵਿੱਚ ਆਉਂਦੇ ਹੋਏ ਆਪਣਾ ਪੈਟਰੋਲ ਮੁੱਕ ਗਿਆ, ਨਹੀਂ ਦੇਖਿਆ ਗਿਆ, ਅਤੇ ਜਦੋਂ ਪੈਟਰੋਲ ਮੁੱਕਿਆ ਤਾਂ ਮੈਨੂੰ ਕਹਿੰਦੇ ਬਾਈ, ਮੈਂ ਪੁੱਛਿਆ ਮੈਂ ਕਿੰਨੇ ਕੁ ਦੂਰ ਆ ਪੈਟਰੋਲ ਪੰਪ, ਕਹਿੰਦਾ ਬਾ ਕਿਲੋ ਡੇਢ ਕਿਲੋਮੀਟਰ ਆ, ਅਤੇ ਉੱਥੇ ਜਾ ਕੇ ਪਵਾ ਲਿਆ। ਜਦ ਉਹਨੇ ਕਿਲੋ ਡੇਢ ਕਿਲੋਮੀਟਰ ਰੋੜ ਕੇ ਲੈ ਕੇ ਆਇਆ, ਆ ਕੇ ਦੇਖਿਆ ਅਤੇ ਪੈਟਰੋਲ ਪੰਪ ਨਿਕਲਿਆ ਰਿਲਾਇੰਸ ਦਾ। ਸੋ ਜਦੋਂ ਰਿਲਾਇੰਸ ਦਾ ਪੈਟਰੋਲ ਪੰਪ ਨਿਕਲਿਆ ਬਾਈ, ਉਰੇ ਤੇਲ ਪਾਉਣ ਨੂੰ ਦਿਲ ਨਹੀਂ ਮੰਨਦਾ, ਜ਼ਮੀਰ ਨਹੀਂ ਮੰਨਦਾ, ਕਿਉਂਕਿ ਇਹ ਸਾਡੇ ਦੁਸ਼ਮਣਾਂ ਦਾ ਪੈਟਰੋਲ ਪੰਪ ਆ। ਰਿਲਾਇੰਸ ਵਾਲੇ ਅੱਜ ਕਿਸਾਨੀ ਅੰਦੋਲਨ ਦੇ ਜੇ ਅਸੀਂ ਲੜ ਰਹੇ ਹਾਂ, 9 ਮਹੀਨਿਆਂ ਤੋਂ ਅਸੀਂ ਬਾਰਡਰਾਂ 'ਤੇ ਬੈਠੇ ਹਾਂ, ਆਹ ਰਿਲਾਇੰਸ ਵਾਲਿਆਂ ਦੇ ਕਰਕੇ ਅਸੀਂ ਬੈਠੇ ਹਾਂ। ਸੋ ਇਹਨਾਂ ਦੇ ਤੇਲ ਪਾਉਣ ਨਾਲੋਂ ਮੈਂ ਕਿਲੋ 2 ਕਿਲੋਮੀਟਰ 4 ਕਿਲੋਮੀਟਰ ਹੋਰ ਤੁਰ ਲੂੰ, ਪਰ ਮੈਂ ਇੱਥੇ ਤੇਲ ਨਹੀਂ ਪਾਉਂ। ਸੋ ਮਿੱਤਰੋ, ਜੇ ਤੁਹਾਡੀਆਂ ਵੀ ਜ਼ਮੀਰਾਂ ਜਾਗਦੀਆਂ ਹੁੰਦੀਆਂ ਨੇ ਤਾਂ ਰਿਲਾਇੰਸ ਦੇ ਪੈਟਰੋਲ ਪੰਪ ਤੋਂ ਤੇਲ ਨਾ ਪਾਉਣਾ। ਦੇਖਿਆ ਤੁਸੀਂ, ਕਿਸਾਨ ਜਿਹੜੇ ਨੇ ਬਹੁਤ ਲੰਬੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ, ਸਰਕਾਰਾਂ ਵੱਲੋਂ ਵੀ ਕੁਝ ਕੁ ਬਿਆਨ ਸਾਹਮਣੇ ਆਉਂਦੇ ਨੇ, ਪਰ ਉਮੀਦ ਇੱਕੋ ਹੀ ਸਰਕਾਰ ਨੇ ਕੀਤੀ ਹੋਈ ਹੈ ਕਿ ਕਿਸਾਨ ਉੱਠ ਜਾਣਗੇ। ਕਿਸਾਨਾਂ ਨੇ ਉਮੀਦ ਇੱਕੋ ਹੀ ਕੀਤੀ ਹੋਈ ਹੈ ਕਿ ਸਰਕਾਰ ਜਿਹੜੇ ਇਹ ਖੇਤੀ ਕਾਨੂੰਨ ਉਹ ਜਲਦ ਤੋਂ ਜਲਦ ਰੱਦ ਕਰੇਗੀ, ਇਸ ਕਰਕੇ ਸਰਕਾਰ ਨੇ ਵੀ ਆਪਣੀ ਵਾਹ ਪੂਰੀ ਲਾਈ ਹੋਈ ਹੈ, ਅਤੇ ਉਧਰੋਂ ਕਿਸਾਨ ਵੀ ਉਸੇ ਤਰੀਕੇ ਦੇ ਨਾਲ ਪਹਿਲੇ ਦਿਨ ਤੋਂ ਡਟੇ ਹੋਏ ਨੇ। ਦੇਖਣਾ ਹੁਣੇ ਹੋਏਗਾ ਕਿ ਇਹ ਕਾਲੇ ਕਾਨੂੰਨ ਆਖਿਰ ਰੱਦ ਕਦੋਂ ਹੁੰਦੇ ਨੇ, ਕਿਉਂਕਿ ਕਿਸਾਨਾਂ ਦੇ ਹੌਸਲੇ ਕਿਸ ਤਰੀਕੇ ਦੇ ਨਾਲ ਬੁਲੰਦ ਨੇ ਉਹ ਤਾਂ ਤੁਸੀਂ ਰੋਜ਼ ਤਸਵੀਰਾਂ ਦੇ ਰਾਹੀਂ ਦੇਖਦੇ ਹੋ।